ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ ਵਿੱਚ। ਕਿ ਤੁਸੀਂ ਵੀ ਆਪਣੇ ਲਈ ਇੱਕ ਪਰਫੈਕਟ ਪਾਰਟਨਰ ਲੱਭ ਰਹੇ ਹੋ? ਜੇ ਹਾਂ ਤਾਂ ਅੱਜ ਦੇ ਐਪੀਸੋਡ ਵਿੱਚ ਮੈਂ ਤੁਹਾਨੂੰ ਜਾਣੂ ਕਰਵਾਵਾਂਗੀ ਐਵੇਂ ਦੇ ਸ਼ਾਨਦਾਰ ਕੈਂਡੀਡੇਟਸ ਦੇ ਨਾਲ ਜੋ ਆਪਣੇ ਸੰਬੰਧ ਸਪੈਸ਼ਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਤਾਂ ਜੀ, ਪਹਿਲੀ ਪ੍ਰੋਫਾਈਲ ਹੈਗੀ ਹੈ ਇੱਕ ਕੁੜੀ ਦੀ, 36 ਸਾਲਾਂ ਦੀ, 5 ਫੁੱਟ 3 ਇੰਚ, ਡਾਇਵੋਰਸੀ, ਹਿੰਦੂ ਜੱਟ ਕੁੜੀ ਦੀ, ਪਾਕਿਸਤਾਨ ਤੋਂ ਇਹ ਪ੍ਰੋਫਾਈਲ ਹੈਗੀ ਹੈ। ਬੈਚਲਰਸ ਆਫ ਕਾਮਰਸ ਕੀਤੀ ਹੋਈ ਹੈ ਅਤੇ ਵਰਕਿੰਗ ਐਜ਼ ਅ ਮਾਰਕੀਟਿੰਗ ਪ੍ਰੋਫੈਸ਼ਨਲ। ਅਤੇ ਇਹ ਲੱਭ ਰਹੇ ਨੇ ਆਪਣੇ ਲਈ ਅਨਮੈਰਿਡ 36 ਤੋਂ 45 ਸਾਲਾਂ ਦੇ PR ਹਿੰਦੂ ਕਾਸਟ ਨੋਬਾਰ ਮੁੰਡੇ ਨੂੰ ਜੋ ਆਸਟ੍ਰੇਲੀਆ, ਕੈਨੇਡਾ, UK ਦੇ ਸਿਟੀਜ਼ਨ ਹੋਣ। ਸੈਕਿੰਡ ਪ੍ਰੋਫਾਈਲ ਹੈਗੇ ਜੀ 36 ਸਾਲਾਂ ਦੇ, 6 ਫੁੱਟ ਕੱਦ ਦੇ, ਅਨਮੈਰਿਡ, ਗੁੱਡ ਲੁਕਿੰਗ, ਜਰਸਿੱਖ ਮੁੰਡੇ ਦੀ, ਜਗਰਾਓਂ ਪੰਜਾਬ ਤੋਂ ਇਹਨਾਂ ਦਾ ਸੰਬੰਧ ਹੈਗਾ ਹੈ ਅਤੇ ਇਹਨਾਂ ਨੇ ਕੰਪਿਊਟਰ ਦੇ ਵਿੱਚ ਡਿਪਲੋਮਾ ਕੀਤਾ ਹੋਇਆ। ਇਹ ਲੱਭ ਰਹੇ ਨੇ ਆਪਣੇ ਲਈ ਅਨਮੈਰਿਡ 25 ਤੋਂ 32 ਸਾਲਾਂ ਦੀ PR ਜੱਟ ਸਿੱਖ ਕੁੜੀ ਨੂੰ, ਕਾਸਟ ਨੋਬਾਰ ਇਹਨਾਂ ਨੇ ਦੱਸਿਆ ਅਤੇ ਇਹਨਾਂ ਦੀ ਰਿਕੁਆਇਰਮੈਂਟਸ ਨੇ ਕਿ ਕੁੜੀ ਕੈਨੇਡਾ ਤੋਂ ਹੋਵੇ। 30 ਸਾਲਾਂ ਦੀ, 5 ਫੁੱਟ 4 ਇੰਚ, ਅਨਮੈਰਿਡ, ਹਿੰਦੂ, ਰਵਿਦਾਸੀਅਨ ਕੁੜੀ ਦੀ ਇਹ ਪ੍ਰੋਫਾਈਲ ਹੈਗੀ ਹੈ। ਵਰਕ ਪਰਮਿਟ ਹੋਲਡਰ ਨੇ UK ਦੇ ਵਿੱਚ ਅਤੇ MBBS ਕੀਤੀ ਹੋਈ ਹੈ ਇੰਡੀਆ ਤੋਂ ਅਤੇ ਮਾਸਟਰਸ ਆਫ ਸਾਇੰਸ ਕੀਤੀ ਹੋਈ ਹੈ UK ਦੇ ਵਿੱਚ ਕਾਰਡੀਓਵੈਸਕੂਲਰ ਵਿੱਚ ਅਤੇ ਇਹ ਕੰਮ ਕਰ ਰਹੇ ਨੇ ਐਜ਼ ਅ ਡਾਕਟਰ ਇਨ ਜਨਰਲ ਮੈਡੀਸਨ ਅਤੇ ਇੰਡੀਅਨ ਬੈਕਗਰਾਊਂਡ ਇਹਨਾਂ ਦਾ ਹੈਗਾ ਹੁਸ਼ਿਆਰਪੁਰ ਪੰਜਾਬ ਦਾ। ਪਰਫੈਕਟ ਪਾਰਟਨਰ ਦੇ ਵਿੱਚ ਲੱਭ ਰਹੇ ਨੇ 28 ਤੋਂ 34 ਸਾਲਾਂ ਦੇ, ਅਨਮੈਰਿਡ, PR, ਵਰਕ ਪਰਮਿਟ ਹੋਲਡਰ, ਹਿੰਦੂ, ਸਿੱਖ, ਰਵਿਦਾਸੀਅਨ ਮੁੰਡੇ ਨੂੰ, ਨਾਲ ਹੀ ਇਹਨਾਂ ਨੇ ਦੱਸਿਆ ਕਾਸਟ ਨੰਬਰ ਅਤੇ ਇਹਨਾਂ ਦੀਆਂ ਰਿਕੁਆਇਰਮੈਂਟਸ ਨੇ ਕਿ ਮੁੰਡਾ UK ਜਾਂ ਫਿਰ ਆਸਟ੍ਰੇਲੀਆ ਦਾ ਸਿਟੀਜ਼ਨ ਹੋਵੇ। ਇਹਨਾਂ ਦੀ ਕੁਛ ਸਪੈਸ਼ਲ ਪ੍ਰੈਫਰੈਂਸ ਵੀ ਹਨ ਕਿ ਮੁੰਡਾ ਇਕੱਲਾ ਡਾਕਟਰ ਹੀ ਹੋਵੇ। ਨੈਕਸਟ ਪ੍ਰੋਫਾਈਲ ਹੈਗੇ ਜੀ 31 ਸਾਲਾਂ ਦੇ, 5 ਫੁੱਟ 11 ਇੰਚ, ਅਨਮੈਰਿਡ, ਗੁੱਡ ਲੁਕਿੰਗ, ਸਿੱਖ, ਲੁਬਾਣਾ ਮੁੰਡੇ ਦੀ, PR ਨੇ ਨਿਊਜ਼ੀਲੈਂਡ ਦੇ ਵਿੱਚ ਅਤੇ ਬੈਚਲਰਸ ਇਨ BSc ਨੋਨ ਮੈਡੀਕਲ ਕੀਤੀ ਹੋਈ ਹੈ ਅਤੇ ਐਜ਼ ਅ ਸੁਪਰਵਾਈਜ਼ਰ ਕੰਮ ਕਰ ਰਹੇ ਨੇ ਸੋਮਿਲ ਦੇ ਵਿੱਚ ਅਤੇ ਇੰਡੀਅਨ ਬੈਕਗਰਾਊਂਡ ਇਹਨਾਂ ਦਾ ਹੈਗਾ ਪਟਿਆਲਾ ਪੰਜਾਬ ਦਾ। ਇਹ ਲੱਭ ਰਹੇ ਨੇ ਆਪਣੇ ਲਈ 25 ਤੋਂ 30 ਸਾਲਾਂ ਦੀ, ਪਰਮਾਨੈਂਟ ਰੈਜੀਡੈਂਟ, ਸਟੂਡੈਂਟ ਵੀਜ਼ਾ, ਵਰਕ ਪਰਮਿਟ ਹੋਲਡਰ, ਵਿਜ਼ਿਟਰ ਵੀਜ਼ਾ ਅਤੇ ਅਨਮੈਰਿਡ, ਸਿੱਖ, ਲੁਬਾਣਾ, ਨਾਲ ਇਹਨਾਂ ਨੇ ਕਾਸਟ ਨੋਬਾਰ ਦੱਸਿਆ। ਕੁੜੀ ਨੂੰ ਨਿਊਜ਼ੀਲੈਂਡ, ਇੰਡੀਆ ਜਾਂ ਆਸਟ੍ਰੇਲੀਆ ਤੋਂ, ਇਹਨਾਂ 3 ਕੰਟਰੀਜ਼ ਦੀ ਸਿਟੀਜ਼ਨ ਹੋਵੇ ਕੁੜੀ। ਅਤੇ ਜਿਹੜੀ 5ਵੀਂ ਪ੍ਰੋਫਾਈਲ ਆਈ ਹੈ ਉਹ ਹੈ ਜੀ 27 ਸਾਲਾਂ ਦੇ, 6 ਫੁੱਟ ਟੌਲ, ਅਨਮੈਰਿਡ, ਹਿੰਦੂ, ਅਗਰਵਾਲ ਅਤੇ ਆਸਟ੍ਰੇਲੀਅਨ ਸਿਟੀਜ਼ਨ ਦੀ, ਡੈਂਟਲ ਸਰਜਰੀ ਦੇ ਵਿੱਚ ਇਹਨਾਂ ਨੇ ਬੈਚਲਰਸ ਕੀਤੀ ਹੋਈ ਹੈ। ਇਹਨਾਂ ਨੂੰ ਤਲਾਸ਼ ਹੈ ਆਪਣੇ ਲਈ ਇੱਕ ਅਨਮੈਰਿਡ ਕੁੜੀ ਦੀ, 23 ਤੋਂ 27 ਸਾਲਾਂ ਦੀ, ਆਸਟ੍ਰੇਲੀਆ ਤੋਂ, ਕਿਸੇ ਵੀ ਬੈਕਗਰਾਊਂਡ ਤੋਂ, ਹਿੰਦੂ ਜਾਂ ਫਿਰ ਸਿੱਖ ਬੈਕਗਰਾਊਂਡ ਤੋਂ, ਕਾਸਟ ਨੋਬਾਰ ਇਹਨਾਂ ਨੇ ਦੱਸਿਆ ਅਤੇ ਇਹਨਾਂ ਦੀ ਪ੍ਰੈਫਰੈਂਸ ਹੈ ਡੈਂਟਿਸਟ ਦੇ ਲਈ। ਨੈਕਸਟ ਪ੍ਰੋਫਾਈਲ ਆਈ ਹੈ ਜੀ 40 ਸਾਲਾਂ ਦੇ, 5 ਫੁੱਟ 8 ਇੰਚ, ਅਨਮੈਰਿਡ, ਗੁੱਡ ਲੁਕਿੰਗ, ਮੁਸਲਿਮ, ਸੁੰਨੀ ਜੈਂਟਲਮੈਨ ਦੀ, ਵਰਕ ਪਰਮਿਟ ਹੋਲਡਰ ਨੇ ਅਤੇ ਰਹਿ ਰਹੇ ਨੇ ਸਾਊਦੀ ਅਰੇਬੀਆ ਦੇ ਵਿੱਚ ਅਤੇ ਡਿਪਲੋਮਾ ਕੀਤਾ ਹੋਇਆ ਐਸੋਸੀਏਟ ਇੰਜੀਨੀਅਰਿੰਗ ਦੇ ਵਿੱਚ। ਇਹ ਕੰਮ ਕਰ ਰਹੇ ਨੇ ਐਜ਼ ਅ ਫੈਕਟਰੀ ਵਰਕਰ ਨੈਸ਼ਨਲ ਵਾਟਰ ਕੰਪਨੀ ਦੇ ਵਿੱਚ ਅਤੇ ਇਹ ਸੰਬੰਧ ਰੱਖਦੇ ਨੇ ਪਾਕਿਸਤਾਨ, ਗੁਜਰਾਤ ਤੋਂ। ਇਹ ਲੱਭ ਰਹੇ ਨੇ ਆਪਣੇ ਲਈ 35 ਤੋਂ 40 ਸਾਲਾਂ ਦੀ, PR, ਵਰਕ ਪਰਮਿਟ ਕੁੜੀ ਨੂੰ, ਅਨਮੈਰਿਡ, ਵਿਡੋ, ਵਿਡੋਅਰ, ਡਾਇਵੋਰਸੀ, ਕੈਨੇਡਾ ਦੀ ਸਿਟੀਜ਼ਨ ਹੋਵੇ। ਅਤੇ ਨੈਕਸਟ ਪ੍ਰੋਫਾਈਲ ਆਈ ਹੈ ਜੀ 27 ਸਾਲਾਂ ਦੇ, 5 ਫੁੱਟ 9 ਇੰਚ, ਅਨਮੈਰਿਡ, ਗੁੱਡ ਲੁਕਿੰਗ, ਜੱਟ ਸਿੱਖ ਸਿਟੀਜ਼ਨ ਦੀ, ਨਿਊਜ਼ੀਲੈਂਡ ਦੇ ਸਿਟੀਜ਼ਨ ਨੇ, ਬੈਚਲਰਸ ਕੀਤੀ ਹੋਈ ਹੈ ਇਹਨਾਂ ਨੇ ਇੰਜੀਨੀਅਰਿੰਗ ਦੇ ਵਿੱਚ ਅਤੇ ਐਜ਼ ਅ ਮੈਨੇਜਰ ਕੰਮ ਕਰ ਰਹੇ ਨੇ। ਬੈਕਗਰਾਊਂਡ ਇਹਨਾਂ ਦਾ ਹੈਗਾ ਲੁਧਿਆਣਾ ਪੰਜਾਬ ਦਾ, ਲੁਧਿਆਣਾ ਪੰਜਾਬ ਤੋਂ ਸੰਬੰਧ ਰੱਖਣ ਵਾਲੇ ਨੇ। ਇਹ ਲੱਭ ਰਹੇ ਨੇ ਆਪਣੇ ਲਈ 23 ਤੋਂ 27 ਸਾਲਾਂ ਦੀ, ਅਨਮੈਰਿਡ, ਜੱਟ ਸਿੱਖ ਕੁੜੀ ਨੂੰ, ਪਰਮਾਨੈਂਟ ਰੈਜੀਡੈਂਟ ਅਤੇ ਕੰਟਰੀ ਇਹਨਾਂ ਨੇ ਦੱਸਿਆ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ। 34 ਸਾਲਾਂ ਦੀ, 5 ਫੁੱਟ 3 ਇੰਚ, ਅਨਮੈਰਿਡ, ਗੁੱਡ ਲੁਕਿੰਗ, ਸਿੱਖ, ਟੋਂਕ, ਛਤਰੀਆ ਕੁੜੀ ਦੀ ਪ੍ਰੋਫਾਈਲ ਹੈਗੀ ਹੈ। PR ਨੇ ਨਿਊਜ਼ੀਲੈਂਡ ਦੇ ਵਿੱਚ ਅਤੇ ਬੈਚਲਰਸ ਕੀਤੀ ਹੋਈ ਹੈ ਇਹਨਾਂ ਨੇ ਨਰਸਿੰਗ ਦੇ ਵਿੱਚ ਅਤੇ ਐਜ਼ ਅ ਨਰਸ ਕੰਮ ਕਰ ਰਹੇ ਨੇ ਅਤੇ ਸੰਬੰਧ ਰੱਖਦੇ ਨੇ ਅੰਮ੍ਰਿਤਸਰ ਪੰਜਾਬ ਤੋਂ। ਇਹ ਲੱਭ ਰਹੇ ਨੇ ਆਪਣੇ ਲਈ 33 ਤੋਂ 35 ਸਾਲਾਂ ਦੀ, ਪਰਮਾਨੈਂਟ ਰੈਜੀਡੈਂਟ, ਵਰਕ ਪਰਮਿਟ ਹੋਲਡਰ, ਅਨਮੈਰਿਡ, ਜੱਟ ਸਿੱਖ ਮੁੰਡੇ ਨੂੰ, ਕੈਨੇਡਾ ਜਾਂ ਫਿਰ ਨਿਊਜ਼ੀਲੈਂਡ ਦਾ ਸਿਟੀਜ਼ਨ ਹੋਵੇ ਮੁੰਡਾ।
24 ਸਾਲਾਂ ਦੇ 5 ਫੁੱਟ 11 ਇੰਚ ਅਨਮੈਰਿਡ ਗੁੱਡ ਲੁਕਿੰਗ ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਹੈਗੀ ਹੈ। ਵਰਕ ਪਰਮਿਟ ਹੋਲਡਰ ਨੇ ਨਿਊਜ਼ੀਲੈਂਡ ਦੇ ਵਿੱਚ ਅਤੇ ਹਾਈ ਸਕੂਲ ਕੀਤਾ ਹੋਇਆ ਇਹਨਾਂ ਨੇ ਅਤੇ ਫਿਲਹਾਲ ਇਹ ਐਜ਼ ਅ ਫਾਰਮਰ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਇਹਨਾਂ ਦਾ ਹੈਗਾ ਜਲੰਧਰ ਪੰਜਾਬ ਦਾ। ਇਹ ਲੱਭ ਰਹੇ ਨੇ ਆਪਣੇ ਲਈ 22 ਤੋਂ 28 ਸਾਲਾਂ ਦੀ ਅਨਮੈਰਿਡ ਪੰਜਾਬੀ ਜੱਟ ਸਿੱਖ ਕੁੜੀ ਨੂੰ PR ਗਰਲ ਫਰੋਮ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਫਿਰ ਯੂਨਾਈਟਿਡ ਸਟੇਟ, ਇਹਨਾਂ 3-4 ਕੰਟਰੀਜ਼ ਦੀ ਸਿਟੀਜ਼ਨ ਹੋਵੇ ਕੁੜੀ, ਇਹਨਾਂ ਦੀ ਡਿਮਾਂਡਸ ਨੇ। ਅਤੇ ਅੱਜ ਦੇ ਐਪੀਸੋਡ ਦੀ ਜਿਹੜੀ ਸਭ ਤੋਂ ਲਾਸਟ ਪ੍ਰੋਫਾਈਲ ਹੈਗੀ ਹੋਇਆ ਜੀ 36 ਸਾਲਾਂ ਦੇ, 5 ਫੁੱਟ 9 ਇੰਚ, ਡਾਈਵੋਰਸੀ, ਗੁੱਡ ਲੁਕਿੰਗ ਜੱਟ ਸਿੱਖ ਜੈਂਟਲਮੈਨ ਦੀ ਟੈਂਪਰੇਰੀ ਵੀਜ਼ਾ 'ਤੇ ਨੇ ਆਸਟ੍ਰੇਲੀਆ ਦੇ ਵਿੱਚ, ਅਤੇ ਹਾਈ ਸਕੂਲ ਕੀਤਾ ਹੋਇਆ ਇਹਨਾਂ ਨੇ, ਐਜ਼ ਅ ਲੌਂਡਰੀ ਬੋਏ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਇਹਨਾਂ ਦਾ ਹੈਗਾ ਹੁਸ਼ਿਆਰਪੁਰ ਪੰਜਾਬ ਦਾ। ਇਹ ਲੱਭ ਰਹੇ ਨੇ ਆਪਣੇ ਲਈ 30 ਤੋਂ 36 ਸਾਲਾਂ ਦੀ ਪਰਮਾਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਅਨਮੈਰਿਡ ਵਿਡੋ ਵਿਡੋਵਰ ਸੈਪਰੇਟਿਡ ਜੱਟ ਸਿੱਖ ਰਾਮਗੜੀਆ ਕੁੜੀ ਨੂੰ ਫਰੋਮ ਆਸਟ੍ਰੇਲੀਆ ਜਾਂ ਫਿਰ ਕੈਨੇਡਾ। ਤਾਂ ਇਹ ਸੀਗੇ ਅੱਜ ਦੇ ਐਪੀਸੋਡਸ ਦੀਆਂ 10 ਪ੍ਰੋਫਾਈਲਸ। ਜੇ ਕਿਸੇ ਵੀ ਪ੍ਰੋਫਾਈਲ ਨੂੰ ਸੁਣ ਕੇ ਤੁਹਾਨੂੰ ਲੱਗਾ ਕਿ ਤੁਸੀਂ ਪਰਫੈਕਟ ਮੈਚ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਆਪਣੇ ਪ੍ਰੋਫਾਈਲਸ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ। ਸਾਡਾ ਕੰਟੈਕਟ ਨੰਬਰ ਹੈਗਾ ਜੀ 6478886000 'ਤੇ, ਜਾਂ ਫਿਰ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ www.nrimb.com 'ਤੇ। ਬਣੇ ਰਹੋ ਸਾਡੇ ਨਾਲ ਸਾਡੇ ਰਿਸ਼ਤੇ ਰਿਸ਼ਤੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੌਣ ਜਾਣਦਾ ਹੈ ਕਿ ਤੁਹਾਡਾ ਪਰਫੈਕਟ ਪਾਰਟਨਰ ਇਸੇ ਐਪੀਸੋਡ ਦੇ ਵਿੱਚ ਤੁਹਾਡੀ ਵੇਟ ਕਰ ਰਿਹਾ ਹੋਵੇ। ਬਹੁਤ ਬਹੁਤ ਧੰਨਵਾਦ।